हाँ जी दोस्तों, वेलकम आ तुहाडा अपने न्यू ब्लॉग दे विच। ये ब्लॉग अज आपां लै के आए हां खूबसूरत न्यूजीलैंड दी फेमस सिटी नेपियर। बहुत ही ज़्यादा प्यारी सिटी है। एक साइड बीच आ, ये सेंटर च रोड आ, उहदी लैफ्ट साइड सिटी आ, जिहड़ा कि इहनूं व्यू बहुत ही सोहणा बणाउंदी आ। रोड वगैरह देख लियो तुसीं किन्ने सोहणे है ना बने हुए ने। ਜਿਹੜਾ ਸਿਟੀ ਆ ਉਹਦਾ ਵਿਊ ਵੱਖਰਾ ਹੀ ਆ। ਉਹਦੇ ਨਾਲ 4-5 ਕਿਲੋਮੀਟਰ ਇਸ ਤਰ੍ਹਾਂ ਹੀ ਐ ਲੰਬੀ ਸਿਟੀ ਚੱਲਦੀ ਆ ਬੀਚ ਦੇ ਨਾਲ, ਅਤੇ ਲੋਕ ਉਹਦੇ 'ਤੇ ਸਾਈਕਲਿੰਗ ਕਰਦੇ ਆ ਅਤੇ ਵਾਕ ਕਰਦੇ ਆ, ਜਿਹੜੀ ਇੱਕ ਡਿਫਰੈਂਟ ਹੀ ਫੀਲਿੰਗ ਆ। ਅਤੇ ਨਾਲ ਤੁਸੀਂ ਦੇਖੋ ਉਹਨਾਂ ਨੇ ਕਿੰਨੇ ਸੋਹਣੇ ਹੈ ਨਾ ਰੋਡ ਦੇ ਉੱਪਰ ਦਰਖਤ ਕਿੰਨੇ ਵਧੀਆ ਮੈਨੇਜ ਕੀਤੇ ਆ, ਕਿੰਨੇ ਸੋਹਣੇ ਲੱਗ ਰਹੇ ਆ ਹੈ ਨਾ, ਕਿੰਨੇ ਖੂਬਸੂਰਤ ਦਰਖਤ ਨੇ, ਕਿੰਨੇ ਸੋਹਣੇ ਸੋਹਣੇ। ਬਟ ਇਹ ਚੀਜ਼ਾਂ ਬਹੁਤ ਸੋਹਣੀਆਂ ਲੱਗਦੀਆਂ ਨੇ, ਇਹ ਜ਼ਰੂਰੀ ਆ ਅੱਜ ਕੱਲ੍ਹ। ਅਤੇ ਚਲੋ ਤੁਸੀਂ ਵਿਊ ਦਾ ਆਨੰਦ ਮਾਣੋ, ਅੱਗੇ ਆਪਾਂ ਤੁਹਾਨੂੰ ਹੋਰ ਵੀ ਦਿਖਾਉਣੇ ਆ। ਅਤੇ ਬੱਚਿਆਂ ਲਈ ਹੈ ਨਾ ਇਹ ਚੀਜ਼ ਬਹੁਤ ਹੀ ਵਧੀਆ। ਜਦੋਂ ਵੀ ਨੈਕਸਟ ਟਾਈਮ ਤੁਸੀਂ ਹੁਣ ਨੇਪੀਅਰ ਦਾ ਟ੍ਰਿਪ ਬਣਾਓ, ਸਮਰ 'ਚ ਜਾਓ, ਦਸੰਬਰ ਦੀਆਂ ਛੁੱਟੀਆਂ ਦੇ ਵਿੱਚ, ਬੱਚਿਆਂ ਲਈ ਇੱਥੇ ਬਹੁਤ ਜ਼ਿਆਦਾ ਆਪਸ਼ਨ ਆ ਅਤੇ ਬੱਚੇ ਬਹੁਤ ਜ਼ਿਆਦਾ ਇੰਜੋਏ ਕਰਦੇ ਆ, ਬਹੁਤ ਹੀ ਜ਼ਿਆਦਾ ਇੰਜੋਏ ਕਰਦੇ ਆ ਬੱਚੇ। ਇਹ ਦੇਖੋ ਪ੍ਰੋਪਰ ਹੈ ਨਾ ਵਾਕਵੇ ਬਣੇ ਪਏ ਆ ਕਰੋਸਿੰਗ ਵਾਸਤੇ, ਅਤੇ ਕਿੰਨੀ ਸੋਹਣੀ ਲੱਗਦੀ ਆ ਇਹ ਚੀਜ਼ ਹੈ ਨਾ। ਤੁਸੀਂ ਵੇਟ ਕਰਦੇ ਹੋ ਲੰਗਰ ਲਈ, ਸਭ ਨੂੰ ਪ੍ਰੋਪਰ ਵੇ ਬਣਿਆ ਪਿਆ। ਨਿਊਜ਼ੀਲੈਂਡ ਦੀ ਇਹੀ ਖੂਬਸੂਰਤੀ ਆ, ਤੁਸੀਂ ਇਹਨੂੰ ਵਿਊ ਨੂੰ ਇੰਜੋਏ ਕਰੋ। ਆਪਾਂ ਮਿਲਦੇ ਹਾਂ ਅੱਗੇ ਤੁਹਾਨੂੰ। ਦੋਸਤੋ ਹੋਪ ਤੁਸੀਂ ਹੈ ਨਾ ਬਲੌਗ ਨੂੰ ਇੰਜੋਏ ਕਰ ਰਹੇ ਹੋਣੇ। ਅਤੇ ਇਹ ਦੇਖੋ ਹੈ ਨਾ ਫਾਊਂਟੇਨ ਕਿੰਨਾ ਸੋਹਣਾ ਬਣਿਆ ਪਿਆ, ਬੱਚੇ ਕਿਵੇਂ ਉਹਦੇ 'ਚ ਖੇਡ ਰਹੇ ਨੇ, ਨਹਾ ਰਹੇ ਨੇ। ਬੱਚਿਆਂ ਲਈ ਬਹੁਤ ਹੀ ਪਿਆਰੀ ਜਗ੍ਹਾ ਗੀ ਇਹ। ਅਤੇ ਇਹ ਦੇਖੋ ਨਾ ਉਹਨਾਂ ਨੇ ਸਿਟੀ ਨੂੰ ਕਿੰਨਾ ਸੋਹਣਾ ਮੈਨੇਜ ਕੀਤਾ, ਫੁੱਲ ਕਿੰਨੇ ਸੋਹਣੇ ਲਗਾਏ ਨੇ, ਬਹੁਤ ਹੀ ਪਿਆਰੇ ਕਲਰ ਨੇ ਫੁੱਲਾਂ ਦੇ, ਅਤੇ ਮੈਨੇਜ ਵੀ ਬਹੁਤ ਸੋਹਣਾ ਕੀਤਾ ਪਿਆ। ਰੈੱਡ ਕਲਰ ਦੇ ਹੋ ਗਏ, ਪਰਪਲ ਕਲਰ ਦੇ, ਬਹੁਤ ਹੀ ਜ਼ਿਆਦਾ ਮੀਨਜ਼ ਸਿਟੀ ਬਹੁਤ ਜ਼ਿਆਦਾ ਖੂਬਸੂਰਤ ਆ। ਤੁਸੀਂ ਜਾਓਗੇ ਤਾਂ ਬਹੁਤ ਇੰਜੋਏ ਕਰੋਗੇ। ਹਾਂਜੀ ਦੋਸਤੋ, ਇਸ ਨੂੰ ਆਪਾਂ ਦੱਸਿਆ ਸੀ ਵੀ ਨੇਪੀਅਰ ਆਪਾਂ ਸਿਟੀ ਘੁੰਮ ਰਹੇ ਹਾਂ ਨਾ, ਨੇਪੀਅਰ ਸਿਟੀ 'ਚ ਹਾਂ ਜੀ। ਇਹ ਨੇਪੀਅਰ ਸਿਟੀ ਦਾ ਕਿਨਾਰੇ 'ਤੇ ਬੀਚ ਆ, ਸਾਹਮਣੇ ਸਿਟੀ ਆ, ਇਹ ਸਾਰੀ ਉਹ ਸਾਹਮਣੇ ਸਿਟੀ ਆ। ਅਤੇ ਇਹਦੇ ਜਦੋਂ ਆਪਾਂ ਇੱਧਰ ਦੇਖਦੇ ਹਾਂ ਸਾਰਾ ਬੀਚ ਆ, ਕਾਫੀ ਲੰਬਾ 5-4 ਕਿਲੋਮੀਟਰ ਦਾ ਇਹ ਏਰੀਆ, ਬਟ ਬਹੁਤ ਸੋਹਣਾ ਬੀਚ ਆ। ਲੋਕ ਇਹਦੇ 'ਤੇ ਸਾਈਕਲਿੰਗ ਕਰਨ ਆਉਂਦੇ ਆ, ਬੱਚੇ ਲੋਕ ਦੂਸਰੇ ਵੀ ਸਾਈਕਲਿੰਗ ਕਰਦੇ ਆ, ਤੁਰ ਕੇ ਵੀ ਵਾਕ ਕਰਦੇ ਆ, ਕਿਉਂਕਿ ਹਵਾ ਵੀ ਬੀਚ ਕਰਕੇ ਨਾ ਠੰਡੀ ਠੰਡੀ ਹਵਾ ਆਉਂਦੀ ਆ। ਇੱਧਰ ਤੁਹਾਨੂੰ ਦਿਖਾਉਣਾ ਉਹ ਦੂਰ ਤੱਕ ਦਿਖ ਰਿਹਾ, ਹੁਣ ਲੋਕ ਤੁਰੇ ਜਾਂਦੇ ਆ। ਆਹ ਦੇਖੋ ਇੱਧਰ ਬੱਚੇ ਛੋਟੇ ਛੋਟੇ ਸਾਈਕਲਿੰਗ ਜੀ ਉਹ ਕਰਦੇ ਆ, ਜਾਂ ਟਾਇਰਾਂ ਵਾਲੇ ਜਿਹੜੇ ਬੂਟ ਜੇ ਹੁੰਦੇ ਆ ਉਹਦੇ ਨਾਲ ਲੋਕ ਇੰਜੋਏ ਕਰਦੇ ਆ ਨਾ ਇਹ ਚੀਜ਼। ਹਾਂਜੀ ਦੋਸਤੋ, ਹੁਣ ਆਪਾਂ ਇਹ ਕਰਨ ਲੱਗੇ ਹਾਂ ਸਾਈਕਲਿੰਗ। ਇਹ ਵੀ ਇੱਕ ਡਿਫਰੈਂਟ ਹੀ ਐਡਵੈਂਚਰ ਸੀਗਾ, ਕਿਉਂਕਿ ਛੋਟੇ ਛੋਟੇ ਬੱਚੇ ਵੀ ਸਾਈਕਲਿੰਗ ਕਰਦੇ ਆ, ਬਹੁਤ ਇੰਜੋਏ ਕਰਦੇ ਆ। ਅਤੇ ਇਹ ਫਿਸ ਬਾਈਕ ਜਗ੍ਹਾ ਗੀ ਜਿੱਥੋਂ ਤੁਸੀਂ ਜਾ ਕੇ ਹੈ ਨਾ ਬਾਈਕ ਰੈਂਟ 'ਤੇ ਲੈ ਸਕਦੇ ਹੋ, ਅਤੇ ਇੱਥੋਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਤੁਸੀਂ ਬਾਈਕ ਲੈ ਲਓ ਅਤੇ ਇੰਜੋਏ ਕਰ ਸਕਦੇ ਹੋ। ਅਤੇ ਅੱਗੇ ਆ ਜਾਓ, ਚੱਲਦੇ ਹੋ, ਤੁਹਾਨੂੰ ਦਿਖਾਉਣਾ ਇਹ ਆਪਾਂ ਇੰਜੋਏ ਕਰਦੇ ਹਾਂ ਸਾਈਕਲਿੰਗ 'ਤੇ। ਜੀਵਾ ਦੇ ਬਰਾਬਰ ਲਾਵਾਂਗੇ, ਜੀਵਾ ਦੀ ਬਣਾ ਬਰਾਬਰ ਬਰਾਬਰ ਚੱਲ, ਥੋੜ੍ਹਾ ਟੈਪ ਸਾਹਮਣੇ ਦੇਖ ਲਈ, ਜਦੋਂ ਆ ਕੇ ਦੁਕਾਨ ਕੱਟ ਲਈ ਚੱਲ। ਓਏ ਬਾਰੀ ਬਾਰੀ ਕਰਕੇ ਕੋਲ ਦੀ ਲੰਘੋ, ਥੋੜੀ ਵੀਡੀਓ ਬਣੋ ਬਾਰੀ ਬਾਰੀ ਕਰਕੇ। ਬਸ ਅਸੀਂ ਉਹੀ ਕੁਝ ਕਰ ਰਹੇ ਹਾਂ, ਵੀਡੀਓ ਦੇ ਤਾਂ ਪੁੱਛੋ, ਵੀਡੀਓ ਦੇ ਤਾਂ ਪੁੱਛਿਆ ਜੀ। ਉਹ ਸਾਈਕਲ ਸਿਚਿੰਗ ਘੈਂਟ ਆ ਯਾਰ, ਚੌੜੇ ਜਿਹੇ ਟਾਇਰ ਨੇ ਉਹਦੇ ਹੈ ਨਾ, ਉਹ ਸਾਈਕਲ ਸਿਚਿੰਗ ਘੈਂਟ। ਨਾ 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 ਓਏ ਕੱਟ ਕੱਟ ਨਾ ਮਾਰ, ਹੌਲੀ ਜਾ ਤੇਰੀ ਵੀਡੀਓ ਬਣੀ ਸੀ। ਚੱਲ ਹੁਣ ਤਾਂ ਲੰਘ ਅੱਖਾਂ ਬੰਦ ਕਰ ਰਹੀ, ਤੁਸੀਂ ਬਰਾਬਰ ਲਾ ਲਓ ਜੀ ਵਾ ਦੇ ਜਿਹੜਾ, ਅੱਖਾਂ ਬੰਦ ਕਰੀ ਆਪਾਂ ਐਂਟਰ ਕਰ ਗਏ ਇਹਨੇ ਸੋਣਾ। ਬੂਬੂ ਗੇਰੂ ਤਾਂ ਕਿਉਂ ਗੇਰੂ ਕਿਦਾਂ ਬਰਾਬਰ ਰੱਖੋ ਭਾਜੀ, ਬੰਦ ਤੂੰ ਇੰਨਾ ਨਾ ਭਜਾ ਮੇਰੇ ਪੈਰ, ਫਿਰ ਉਹਨਾਂ ਛੇਤੀ ਫਾਸ ਨਹੀਂ ਜਾਂਦੇ।
बंद भी करनी वीडियो कर दी बंद जो हम लंघ गए फिर तो कर दोस्तों होप तुहानू ब्लॉग पसंद आ रहा होना। देखो किन्ना सोहना एक साइड बीच है, किन्ना सोहना साइकलिंग दी वॉक वे बनाया गया। तो दोस्तों ये सिटी का ब्लॉग काफ़ी बड़ा सी तां करके आप एंड ते भी लगाया। सिटी के कुछ होर व्यू ने तुसी देख के वधिया आनंद लाओगे। तो एक सिटी का तुर के भी होर सारिया सोहनिया सोहनिया जगह का ब्लॉग बनाया, नैक्सट ब्लॉग च दिखावांगे। नहीं ब्लॉग काफ़ी बड़ा बन जाना सीगा। तो चलो तुसी करो इंजॉय। होप तुहानू है ना ब्लॉग पसंद आया होना। तो अहे जी होर सोहने सोहने ब्लॉग देखने दे लई अपने चैनल में सबसक्राइब कर लो। अपनी होर भी बहुत सोहनिया सोहनिया पहला वीडियो पाइया हुई ने, फ्यूचर च होर भी बहुत सोहने सोहने ब्लॉग आन दी वे ने। तो नेपियर सिटी के भी होर कई ब्लॉग सोहने सोहने आने वाले ने। तो अपने चैनल में जरूर सबसक्राइब कर लो। थैंक यू।